लोकां वल्लों बनाए आरजी बंद टुट्टण ते डिप्टी कमिश्नर ने मुंडा पिंड इलाके दा कीता दौरा। इलाकिया वासियां नूं अफवाहां तों सुचेत रहण दी अपील करदिआं हर संभव मदद दा दित्ता भरोसा। जिला प्रशासन तरन तारण हड़ नाल प्रभावित इलाकिया दे लोकां नूं राहत पहुंचाउण लई दृढ़ संकल्प है अते कुदरती आफत दे इस मौके प्रभावित लोकां दी हर संभव मदद कीती जा रही है। इन्हां शब्दां दा प्रगटावा करदिआं डिप्टी कमिश्नर तरन तारण श्री बलदीप कौर ने अज मुंडा पिंड दा दौरा करदिआं कीता। उन्हां कहा कि लोक अफवाहां तों बचण अते हड़हा संबंधी किसी भी तरह दी स्थिति विच जिला पदरी फलड कंट्रोल रूम नाल 01852224107 तुरंत संपर्क करन। इस मौके SDM खडूर साहिब श्री दीपक पाटिया, एक्सियन ड्रेनेज श्री विशाल मेहता ते SDO सिंचाई विभाग भी हाजिर सन। डिप्टी कमिश्नर ने कहा कि मुंडा पिंड विच कोई बन नहीं टुट्टिया अते इत्थे कोई पक्का बन नहीं सी। उन्हां कहा कि पिंड वासियां वल्लों दरिया दे पानी दे वहां नूं रोकण लई आरजी तौर ते रोक लगाई गई सी, जिस विच पाड़ पिया सी, जिस दा पता लगदिआं जिला प्रशासन वल्लों तुरंत लोड़ीदी मदद मुहैया करवाई गई। डिप्टी कमिश्नर ने कहा कि मैं आप पिंड विच जाके देखिया है अते किसी भी घर विच पानी नहीं भरिया है अते बन टुट्टण दीआं निरातार खबरां फैलाईआं जा रहीआं हन। उन्हां कहा कि लोकां नूं घबराउण दी लोड़ नहीं है अते जिला प्रशासन मुश्किल दी कड़ी विच लोकां दे नाल है। उन्हां दस्या कि एक्सियन ड्रेनेज श्री विशाल मेहता ते SDO सिंचाई विभाग वल्लों इस दा मायना कीता गया कि पाड़ पैण नाल लगभग 1500 एकड़ विच पानी फैल गया है। उन्हां कहा कि ड्रेनेज विभाग वल्लों इत्थे बंद बनाउण लई इस साल सरकार नूं भी प्रपोजल भेजा गया है तां जो इस दा स्थाई हल हो सके। उन्हां कहा जिला प्रशासन वल्लों पिंड वासियां नूं हर तरह दी मदद मुहैया करवाई जा रही है। कुछ ए जिहड़ा इत्थे बंद बनिया होया इक डिफेंस बनाई गई सी किसानां वल्लों, तो इत्थे कोई बंद नहीं है। ਜਿਹੜਾ ਬਾਰ ਬਾਰ ਕੁਛ ਇੱਕ ਚੈਨਲਸ ਦੇ ਉੱਤੇ ਚਲਾਇਆ ਜਾ ਰਿਹਾ ਕਿ ਬੰਨ ਟੁੱਟ ਗਿਆ ਅਤੇ ਲੋਕਾਂ 'ਚ ਪੈਨਿਕ ਫੈਲਾਇਆ ਜਾ ਰਿਹਾ, ਕਿਰਪਾ ਕਰਕੇ ਇਸ ਤੋਂ ਗੁਰੇਜ਼ ਕੀਤਾ ਜਾਏ। ਮੈਂ ਸਭ ਨੂੰ ਇਹ ਬੇਨਤੀ ਕਰਦੀ ਹਾਂ ਕਿ ਇਹੋ ਜਿਹੀਆਂ ਖਬਰਾਂ ਜਿਹੜੀਆਂ ਕਿ ਸਨਸਨੀ ਪੈਦਾ ਕਰਨ ਨਾ ਫੈਲਾਈਆਂ ਜਾਣ, ਕਿਉਂਕਿ ਲੋਕਾਂ ਨਾਲ ਜਿਹੜੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਜੀ ਰਹੇ ਨੇ ਉਹਨਾਂ 'ਚ ਇਸ ਨਾਲ ਪੈਨਿਕ ਕ੍ਰੀਏਟ ਹੁੰਦਾ ਹੈ, ਨੰਬਰ ਇੱਕ। ਨੰਬਰ ਦੋ, ਇੱਥੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ, ਅੱਜ ਦੀ ਗੱਲ ਨਹੀਂ ਹੈਗੀ, ਕੱਲ੍ਹ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ, ਉਦੋਂ ਤੋਂ ਹੀ ਇੱਥੇ ਕੰਮ ਚੱਲ ਰਿਹਾ। ਸਾਨੂੰ ਪਿੰਡ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬੰਨ ਕਮਜ਼ੋਰ ਹੋ ਰਿਹਾ, ਉਹਨਾਂ ਨੂੰ ਤੁਰੰਤ ਹੈਲਪ ਦੀ ਲੋੜ ਹੈ। ਨਾਲ ਦੀ ਨਾਲ ਹੀ ਸਾਡੇ BDPO ਸਾਹਿਬ ਇੱਥੇ ਪਹੁੰਚੇ, ਉਹਨਾਂ ਨੇ ਆ ਕੇ ਰਿਪੋਰਟ ਦਿੱਤੀ ਕਿ ਬੰਨ ਤੋਂ 2.5 ਫੁੱਟ ਨੀਚੇ ਪਾਣੀ ਹੈ। ਇੱਥੇ ਕੱਟਿਆਂ ਦਾ ਉਸੇ ਵੇਲੇ ਪ੍ਰਬੰਧ ਕਰ ਦਿੱਤਾ ਗਿਆ, ਤੋੜੇ ਬਹੁਤ ਸਾਰੇ ਇੱਥੇ ਪਹਿਲਾਂ ਹੀ ਪਹੁੰਚ ਚੁੱਕੇ ਸੀ, 22,000 ਤੋੜਾ ਆਲਰੇਡੀ ਇੱਥੇ ਭਰਿਆ ਜਾ ਚੁੱਕਾ, ਅਤੇ ਮਿੱਟੀ ਦਾ JCBs ਅਤੇ ਆਪਣੇ ਟਿੱਪਰ ਵਗੈਰਾ ਹਰ ਚੀਜ਼ ਇੱਥੇ ਵਾਰ ਵਾਰ ਆ ਕੇ ਸਿਚੁਏਸ਼ਨ ਨੂੰ ਦੇਖ ਰਹੇ ਨੇ। ਬਾਬਾ ਜੀ ਇੱਥੇ ਖੜ੍ਹੇ ਕਾਰ ਸੇਵਾ ਕਰਵਾ ਰਹੇ ਨੇ, ਸੋ ਇੱਥੇ ਕੋਈ ਵੀ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ। ਇਸ ਇਲਾਕੇ ਵਿੱਚ ਔਰ ਪਿੰਡ ਦਾ ਬਹੁਤ ਸਾਰਾ ਹਿੱਸਾ ਸੇਫ ਹੈ, ਜਿਹੜਾ ਰੈਜ਼ੀਡੈਂਸ਼ੀਅਲ ਪਾਰਟ ਹੈਗਾ ਹੈ, ਕਿਉਂਕਿ ਖਬਰਾਂ 'ਚ ਵੀ ਕਿਹਾ ਜਾ ਰਿਹਾ ਸੀ ਕਿ ਉੱਥੇ ਪਿੰਡ 'ਚ ਹੜ੍ਹ ਆ ਗਿਆ, ਇਹੋ ਜਿਹੀ ਕੋਈ ਸਥਿਤੀ ਨਹੀਂ ਹੈ। ਜਿੰਨਾ ਪਾਣੀ ਇੱਥੇ ਓਵਰਫਲੋ ਹੋ ਕੇ ਆਇਆ ਹੈ, ਪਾਣੀ ਉਮੀਦ ਹੈ ਬਹੁਤ ਛੇਤੀ ਉੱਤਰ ਜਾਏਗਾ, ਅਤੇ ਜਿਹੜਾ ਸਹਾਇਤਾ ਇੱਥੇ ਕੀਤੀ ਜਾ ਰਹੀ ਹੈ। ਪਿੰਡ ਵਾਲੇ ਆਪ ਵੀ ਇੱਥੇ ਬਹੁਤ ਜ਼ਿਆਦਾ ਵਿਜੀਲੈਂਟ ਨੇ, ਉਹਨਾਂ ਵੱਲੋਂ ਸਮੇਂ ਸਮੇਂ 'ਤੇ ਪਿੰਡ ਵਾਲੇ ਮੈਨੂੰ ਫੋਨ ਕਰਕੇ ਦੱਸਦੇ ਰਹੇ ਨੇ, ਔਰ ਜਦੋਂ ਮੈਨੂੰ ਫੋਨ ਆਇਆ ਹੈ ਮੈਂ ਨਾਲ ਦੀ ਨਾਲ ਹੀ ਉਸ 'ਤੇ ਐਕਸ਼ਨ ਲਿਆ। ਇਹ ਤੁਹਾਨੂੰ ਪਿੰਡ ਵਾਲੇ ਵੀ ਦੱਸ ਸਕਦੇ ਨੇ ਜਿਨ੍ਹਾਂ ਨੇ ਮੇਰੇ ਨਾਲ ਵਾਰ ਵਾਰ ਜਿਹੜੇ ਮੇਰੇ ਇਨ ਟੱਚ ਰਹੇ ਨੇ। ਸੋ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਇੱਥੇ ਹੜ੍ਹ ਦਾ ਕੋਈ ਖਤਰਾ ਨਹੀਂ ਹੈ। ਪਾਣੀ ਚੜ੍ਹਿਆ ਉੱਤਰ ਜਾਏਗਾ, ਕਿਉਂਕਿ ਸਮਾਂ ਇਸ ਤਰੀਕੇ ਦਾ ਹੈਗਾ, ਸਭ ਲੋਕ ਬਹੁਤ ਡਰੇ ਹੋਏ ਨੇ, ਉਹਨਾਂ ਨੂੰ ਆਪਾਂ ਪੈਨਿਕ ਨਾ। ਜਿਸ ਕੋਲ ਗਿਆਨ ਹੋਵੇਗਾ ਉਹ ਹੱਲ ਕਰੇਗਾ। ਗੁਰੂ ਜੀ ਬੰਗਾਲੀ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ, 24 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ ਦਾ ਵਿਸ਼ੇਸ਼ ਹੱਲ ਜਾਣੋ, ਮੈਂ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗਾ। ਦੂਰੀ ਨਾ ਦੇਖੋ, ਕੰਮ ਦੇਖੋ, ਜੇਕਰ ਤੁਹਾਡਾ ਜੋਤਿਸ਼ ਵਿੱਚ ਵਿਸ਼ਵਾਸ ਟੁੱਟ ਗਿਆ ਹੈ ਤਾਂ ਇੱਕ ਵਾਰ ਜ਼ਰੂਰ ਕਾਲ ਕਰੋ। ਕਾਲ ਨਾਓ +91987842940, ਲਵ ਮੈਰਿਜ ਗੈਟ ਯੂਰ ਲਵ ਬੈਕ, ਫੈਮਿਲੀ ਮਨੀ ਔਰ ਜੋਬ ਪ੍ਰੋਬਲਮ, ਵਸ਼ੀਕਰਨ ਬਲੈਕ ਮੈਜਿਕ ਐਂਡ ਲੋਟੋਮੈਕਸ, ਗਿਵ ਮੀ ਵਨ ਚਾਂਸ ਆਈ ਵਿਲ ਚੇਂਜ ਯੂਰ ਲਾਈਫ, ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ 100% ਗਰੰਟਿਡ ਕਰਵਾਓ।